ठीक ठीक रेट रखा जी, कोई बड़ा रेट नहीं रखा हुआ, कोई कट्ठा कोई 500 भी लेके जाता, कोई 100 भी लेके जाता, कोई 10 कोई 20 जिन्ने मर्जी लेके जाए, कोई रेट रख रखे। मैंने तो भाई आम तौर पर ना बंदा उही काम करता हुंदा जिहदे विच कमाई वध होवे, है ना। आलने जो कोई मुनाफे तौर पर सोचा जां कोई होर कारण इहदा? बीजी कितने तो सोच ही नहीं गई। चिड़ी वास्ते असी सुराख सी घट कढ़िया होया जी, इहदे होर पंछी अटैक नहीं करता, इहदे भी आ सकदे ने। तोता नीलकंठ कोचर वास्ते आना? हाँ, गिटार भी लै लैंदी इहनूं जी। जी ਫਿਰ ਜੀ ਆਪਾਂ ਨੂੰ ਜੀ ਸੋਚਣਾ ਚਾਹੀਦਾ ਪੰਛੀਆਂ ਵਾਸਤੇ ਜੀ। ਬਾਕੀ ਗੱਲ ਹੋਰ, ਚਲੋ ਆਪਾਂ ਕਿਸੇ ਨੂੰ ਘਰ ਨਹੀਂ ਬਣਾ ਕੇ ਦੇ ਸਕਦੇ ਨਾ ਜੀ, ਵੀ ਆਪਾਂ ਇੱਕ ਪੰਛੀਆਂ ਵਾਸਤੇ ਆਲਣਾ ਚਾਹੀਏ ਇੱਕ ਲਾ ਦਿਉ ਬੱਚਿਆਂ ਦੇ ਜਨਮਦਿਨ 'ਤੇ ਲਾਓ। ਅਸੀਂ ਤਾਂ ਇਹ ਕਹਿੰਦੇ ਵੀ ਬਣਾ ਕੇ ਆਪ ਲਵਾ ਦਿਉ, ਇੱਥੋਂ ਬਣਾ ਕੇ ਲਾ ਦਿਉ ਜਿੱਥੇ ਮਰਜ਼ੀ, ਨਹੀਂ ਦੂਰ ਤੋਂ ਆ ਸਕਦਾ। ਬੰਦੇ ਦੀ ਨਾ ਆਦਤ ਹੈ ਕਿ ਬੰਦਾ ਹਰ ਚੀਜ਼ ਦੇ ਵਿੱਚ ਫਾਇਦਾ ਦੇਖਦਾ। ਆਲਣਾ ਕਿਉਂ ਲਾਵੇ ਉਹ? ਕਦੇ ਸੋਚਦਾ ਵੀ ਮਨੁੱਖ ਨੂੰ ਆਲਣੇ ਲਾਉਣ ਦੀ ਲੋੜ ਹੈ? ਜਿੰਨਾ ਕਿ ਇਹ ਧਰਤੀ ਦੇ ਬੰਦੇ ਦਾ ਹੱਕ ਹੈ, ਉਨੀ ਹੱਕ ਇਹਨਾਂ ਦਾ ਜੀਵ ਜੰਤੂਆਂ ਦਾ ਧਰਤੀ 'ਤੇ, ਉਨਾ ਹੀ ਹੱਕ ਇਹਨਾਂ ਦਾ ਜੀ। ਸਾਹ ਦਾ ਨਾ ਖੰਭੇ ਹੀ ਕਹਿੰਦੇ ਰਹਿੰਦੇ ਨੇ ਵੀ ਆਹ ਖੰਭੇ 'ਤੇ ਵੀ ਲਾਉਣੇ ਨੇ, ਆਹ ਖੰਭੇ 'ਤੇ ਵੀ ਲਾਉਣੇ ਨੇ ਜੀ। ਮਨ ਦੀ ਸੋਚ ਹੀ ਉਹੀ ਜਿਹੀ ਬਣ ਜਾਂਦੀ ਹੈ। ਹਰ ਬੰਦਾ ਚਾਹੁੰਦਾ ਕਿ ਸਾਡਾ ਘਰ ਹੋਵੇ, ਪਰ ਅਸੀਂ ਇਹਨਾਂ ਪੰਛੀਆਂ ਦੇ ਇਸ ਤਰੀਕੇ ਨਾਲ ਉਜਾੜੇ ਕਰਤੇ, ਖੇਤਾਂ ਦੇ ਵਿੱਚੋਂ ਟਿੱਬੇ ਚੱਕਣ ਦੇ ਚੱਕਰ ਦੇ ਵਿੱਚ ਅਸੀਂ ਬਹੁਤ ਕੁਝ ਗਵਾ ਲਿਆ। ਸਤਿ ਸ਼੍ਰੀ ਅਕਾਲ, ਮੈਂ ਸੁੱਖੀ ਮੰਗਾਣੀਆ, ਤੁਸੀਂ ਦੇਖ ਰਹੇ ਹੋ ਸਿਰਲੇਖ। ਜਿਉਂ ਜਿਉਂ ਮਨੁੱਖ ਤਰੱਕੀ ਕਰਦਾ ਗਿਆ, ਮਨੁੱਖ ਆਪਣੇ ਘਰ ਬਣਾਉਣ ਦੇ ਲਈ ਪੰਛੀਆਂ ਦੇ ਘਰ ਉਜਾੜਦਾ ਗਿਆ, ਪਰ ਅੱਜ ਇਸ 21ਵੀਂ ਸਦੀ ਦੇ ਇਸ ਯੁੱਗ ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਮਿੱਟੀ, ਪਾਣੀ, ਹਵਾ, ਪਸ਼ੂ ਪੰਛੀਆਂ, ਜਾਨਵਰਾਂ ਦਾ ਫਿਕਰ ਕਰਦੇ ਨੇ। ਕੁਝ ਲੋਕ ਅੱਜ ਵੀ ਜ਼ਮੀਰਾਂ ਜਿਉਂਦੀਆਂ ਵਾਲੇ ਮਿਲ ਜਾਂਦੇ ਨੇ, ਜਿਹੜੇ ਲੋਕ ਬੇਸ਼ੱਕ ਆਪਣੀ ਰੋਜ਼ੀ ਰੋਟੀ ਜ਼ਰੀਏ ਕੰਮ ਕਰਦੇ ਨੇ, ਪਰ ਕੰਮ ਉਹ ਕਰਦੇ ਨੇ ਜਿਹੜਾ ਮਨ ਨੂੰ ਸ਼ਾਂਤੀ ਦਿੰਦਾ ਹੋਵੇ, ਜਿਹੜਾ ਆਪਣਾ ਘਰ ਬਣਾਉਣ ਦੇ ਨਾਲ ਨਾਲ ਦੂਸਰਿਆਂ ਦੇ ਘਰ ਉਜਾੜਨ ਨੂੰ ਤਰਜੀਹ ਨਹੀਂ ਦਿੰਦੇ। ਮੇਰੇ ਨਾਲ ਹਾਜ਼ਰ ਹੈ ਬਾਈ ਬੇਅੰਤ ਸਿੰਘ ਧਨੌਲਾ, ਕੁਦਰਤ ਦੇ ਬਹੁਤ ਨੇੜੇ, ਕੁਦਰਤ ਨਾਲ ਪਿਆਰ ਕਰਨ ਵਾਲਾ ਸ਼ਖਸ, ਪੰਛੀਆਂ ਲਈ ਘਰ ਬਣਾਉਣ ਵਾਲਾ ਸ਼ਖਸ। ਕਰਦੇ ਹਾਂ ਗੱਲਬਾਤ ਬੇਅੰਤ ਸਿੰਘ ਧਨੌਲਾ ਦੇ ਨਾਲ। ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਇਹੀ ਜਾਣਨਾ ਚਾਹਾਂਗੇ ਕਿ ਜਿਹੜਾ ਇਹ ਕਾਰੋਬਾਰ ਹੈ, ਕਾਰੋਬਾਰ ਕਹੀਏ ਜਾਂ ਤੁਸੀਂ ਇਹ ਆਈਡੀਆ ਕਿਵੇਂ ਸੋਚਿਆ ਕਿ ਯਾਰ ਪੰਛੀਆਂ ਦੇ ਜਿਹੜੇ ਆਲਣੇ ਨੇ ਅੱਜ ਸਮੇਂ ਦੀ ਲੋੜ ਹੈ, ਇਹ ਆਈਡੀਆ ਕਿਵੇਂ ਆਉਂਦਾ ਦਿਮਾਗ ਦੇ ਵਿੱਚ? ਪਹਿਲਾਂ ਅਸੀਂ ਬਣਾਉਂਦੇ ਤਾਂ ਹੈਗੇ ਸੀ ਆਲਣੇ, ਪਹਿਲਾਂ ਉਹਦੀ ਬਹੁਤ ਬਣਾਉਂਦੇ ਸੀਗੇ। ਪਹਿਲਾਂ ਸਾਨੂੰ ਜਾਣੀ ਇਹਦਾ ਤਜਰਬਾ ਨਹੀਂ ਪਤਾ ਸੀ ਵੀ ਪੰਛੀ ਆਲਣਾ ਕਿਸ ਕਿਸ ਟਾਈਪ ਦਾ ਭਾਲਦਾ ਜੀ। ਉਦੋਂ ਬਾਅਦ ਸਾਡੇ ਸੰਦੀਪ ਵੀਰ ਜੀ ਨਾਲ ਗੱਲ ਹੋਈ, ਇਹਨਾਂ ਨੂੰ ਅਸੀਂ ਬਣਾ ਕੇ ਦਿੱਤੇ। ਸੰਦੀਪ ਧੌਲਾ? ਸੰਦੀਪ ਧੌਲਾ ਜੀ ਨਾਲ ਜੀ। ਇਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਵੀ ਚਿੜੀ ਵਾਸਤੇ ਇਸ ਤਰ੍ਹਾਂ ਬਣਾਓ, ਗਿਟਾਰ ਵਾਸਤੇ ਅਲੱਗ, ਤੋਤੇ ਵਾਸਤੇ ਅਲੱਗ, ਕਬੂਤਰ ਵਾਸਤੇ ਅਲੱਗ, ਅਸੀਂ ਚਾਰ ਤਰ੍ਹਾਂ ਦਾ ਹੀ ਆਲਣਾ ਤਿਆਰ ਕੀਤਾ। ਫਿਰ ਸਾਨੂੰ ਇਹਨਾਂ ਨੇ ਲਾਏ, ਫਿਰ ਲਾਉਣ ਤਾਂ ਪਹਿਲਾਂ ਹੀ ਸੀ, ਇਹ ਪਤਾ ਸੀ ਇਹਨੂੰ, ਤਜਰਬਾ ਹੈਗਾ ਸੀਗਾ, ਬਹੁਤ ਪੁਰਾਣਾ ਤਜਰਬਾ ਇਹਨਾਂ ਦਾ ਜੀ। ਫਿਰ ਅਸੀਂ ਬਣਾਉਣ ਲੱਗੇ ਜੀ, ਫਿਰ ਸਾਡਾ ਆਲਣਾ ਵੀ ਵਧੀਆ ਵਿਕ ਰਿਹਾ। ਬਾਕੀ ਪਹਿਲਾਂ ਜਿਹੜੇ ਅਸੀਂ ਬਣਾਉਂਦੇ ਸੀਗੇ ਦੋਨਾਂ ਵਾਸਤੇ ਸੁਰਾਹ ਕੱਢਦੇ ਸੀਗੇ, ਚਿੜੀ ਪੰਛੀ ਉਹਦਾ ਸ਼ੇਪ ਜਾਣੀ ਡਰ ਰਹਿੰਦਾ ਸੀਗਾ, ਪੰਛੀ ਉਹ 'ਚ ਵੜਦੇ ਨਹੀਂ ਸੀ ਜੀ। ਅੱਛਾ, ਕੀ ਫਰਕ ਹੈ? ਮੰਨ ਲਓ ਜੇ ਘੁੱਗੀ ਦਾ ਆਲਣਾ, ਚਿੜੀ ਦਾ ਆਲਣਾ, ਕਬੂਤਰ ਦਾ ਆਲਣਾ, ਇਹਨਾਂ 'ਤੇ ਕੋਈ ਫਰਕ ਨਜ਼ਰ ਆਉਂਦਾ? ਹਾਂਜੀ ਹਾਂਜੀ। ਕੀ ਫਰਕ ਹੈ ਇਹਨਾਂ ਦੇ ਵਿੱਚ? ਜਿਵੇਂ ਜੀ ਚਿੜੀ ਦਾ ਜੀ, ਚਿੜੀ ਵਾਸਤੇ ਅਸੀਂ ਸੁਰਾਖ ਸੀ ਘੱਟ ਕੱਢਿਆ ਹੋਇਆ ਜੀ, ਇਹ 'ਚ ਹੋਰ ਪੰਛੀ ਅਟੈਕ ਨਹੀਂ ਕਰਦਾ, ਜਿਵੇਂ ਕੋਈ ਬੱਚੇ ਵੀ ਨਹੀਂ ਚੱਕ ਸਕਦਾ ਪੰਛੀ, ਲੰਮੀ ਚੁੰਝ ਵਾਲਾ ਜਾਂ ਸੀਕਰਾ ਜਾਨਵਰ ਪੰਛੀ ਕਹਿ ਦਿੰਦੇ ਆਪਾਂ ਜੀ, ਉਹ ਚੱਕ ਨਹੀਂ ਸਕਦਾ ਜੀ। ਵੀ ਸੁਰਾਖ 1.5 ਇੰਚੀ ਸੁਰਾਖ ਅਸੀਂ ਰੱਖਿਆ ਜੀ, ਵੀ 1 ਇੰਚੀ ਜੀ ਆਪਾਂ ਇੱਕ ਸਪੇਸ ਦੇ ਦਿੱਤੀ ਇਹਨੂੰ, ਬਸ 1 ਇੰਚੀ 'ਚ ਵੀ ਆ ਸਕਦਾ ਜੀ ਚਿੜੀ ਤਾਂ, ਜਾਣੀ ਅਸੀਂ 1.5 ਇੰਚੀ ਰੱਖਿਆ ਹੋਇਆ। ਬਾਕੀ ਜੀ ਆਪਾਂ ਇਹ ਪੂਰਾ ਰਿਜ਼ਲਟ ਵਧੀਆ। ਅਤੇ ਗਿਟਾਰ ਵਾਸਤੇ ਜੀ, ਗਿਟਾਰ ਵਾਸਤੇ ਅਸੀਂ 2 ਇੰਚ ਸੁਰਾਖ ਰੱਖਿਆ ਜੀ ਜੀ, ਜਾਣੀ ਜੇ ਅਸੀਂ ਚਿੜੀ ਇਹ 'ਚ ਗਿਟਾਰ ਹੀ ਆਊਗੀ, ਚਿੜੀਆਂ 'ਚ ਗਿਟਾਰ ਨਹੀਂ ਆਉਂਦੀ ਜੀ, ਵੀ ਜਾਣੀ ਅਟੈਕ ਨਹੀਂ ਕਰਦੀ, ਨਹੀਂ ਲੜਨ ਲੱਗ ਜਾਂਦੀਆਂ ਨੇ, ਵੀ ਉਹ ਕਬਜ਼ਾ ਕਰ ਲੈਂਦੀਆਂ ਗਿਟਾਰ ਜੀ। ਤਾਂ ਕਰਕੇ ਅਸੀਂ ਸੁਰਾਖ ਚਿੜੀ ਵਾਸਤੇ
ਡੇਢ ਇੰਚ ਰੱਖਿਆ ਇਹਦੇ ਵਾਸਤੇ 2 ਇੰਚੀ ਜੀ। ਅਤੇ ਬਾਕੀ ਅਸੀਂ ਤੋਤੇ ਵਾਸਤੇ ਜੀ, ਤੋਤੇ ਵਾਸਤੇ ਆਪਣਾ ਆਹ ਵਾਲਾ ਜੀ, ਆਹ ਵਾਲਾ ਤੋਤੇ ਵਾਸਤੇ, ਤੋਤਾ ਜੀ ਤੋਤੇ ਵਾਸਤੇ ਅਸੀਂ ਰੱਖਿਆ 2.5 ਇੰਚੀ ਜੀ। ਇਹ ਸੰਦੀਪ ਜੀ ਦੀ ਜਾਣਕਾਰੀ ਹੈ ਬਾਈ ਜੀ ਦੀ। ਤੋਤਾ ਥੱਲੇ ਨੂੰ ਉੱਤਰਦਾ ਵੀ ਉਹ ਦਰਖਤ ਫੁੱਟ ਪੜਦਾ ਜੀ, ਥੱਲੇ ਨੂੰ ਉੱਤਰਦਾ, ਤਾਂ ਕਰਕੇ ਅਸੀਂ ਇਹ ਡੂੰਘਾ ਬਣਾਇਆ, ਵੱਡਾ ਬਣਾਇਆ ਜੀ। ਜੀ ਅਤੇ ਕਬੂਤਰ ਵਾਸਤੇ 'ਚ ਨੀਲਕੰਠ ਅਤੇ ਕੋਚਰ ਵੀ, ਨੀਲਕੰਠ ਕੋਚਰ ਇਹ 'ਚ ਉਹ ਵੀ ਆ ਸਕਦੇ ਨੇ ਜੀ। ਤੋਤਾ ਨੀਲਕੰਠ ਕੋਚਰ ਵਾਸਤੇ, ਹਾਂ ਗਿਟਾਰ ਵੀ ਲੈ ਲੈਂਦੀ ਇਹਨੂੰ ਜੀ। ਜੀ ਹਾਂ, ਅਤੇ ਆਹ ਅਸੀਂ ਬਣਾਇਆ ਜੀ ਘੁੱਗੀ ਵਾਸਤੇ, ਘੁੱਗੀ ਦੇ ਕਬੂਤਰ ਵਾਸਤੇ ਜੀ, ਉਹ ਆਪਣੀ ਭਾਲਦਾ ਜੀ। ਖਤਰਾ ਨਹੀਂ ਹੁੰਦਾ ਕਿਸੇ ਹੋਰ ਪੰਛੀ ਨੂੰ? ਨਹੀਂ, ਇਹਨਾਂ ਨੂੰ ਨਹੀਂ, ਇਹ ਓਪਣੀ ਭਾਲਦਾ ਜੀ। ਬਾਕੀ ਅਸੀਂ ਲਾਉਣੀ ਹੁਣ ਤਜਰਬਾ, ਅਸੀਂ ਲਾਉਣੀ ਇਸ ਤਰ੍ਹਾਂ ਜੀ ਜਿਵੇਂ ਆਪਣਾ ਖੰਭੇ ਦੇ ਲੱਗ ਗਿਆ ਜੀ, ਉੱਥੇ ਨਾ ਤਾਂ ਕੋਈ ਹੋਰ ਪੰਛੀ ਅਟੈਕ ਕਰ ਸਕੇ, ਠੀਕ ਹੈ ਜੀ, ਵੀ ਸੱਪ ਜਾਂ ਕੁਛ ਹੋਰ। ਬਾਕੀ ਕਬੂਤਰ ਡਰਦਾ ਨਹੀਂ ਜੀ ਯਾਰ। ਬਾਕੀ ਸਾਡੇ ਬਾਈ ਸੰਦੀਪ ਦੀ ਜਾਣਕਾਰੀ ਹੈ, ਅਸੀਂ ਉਹਨਾਂ ਦੇ ਹਿਸਾਬ ਨਾਲ ਬਣਾਇਆ ਜੀ। ਬਾਕੀ ਉਹ ਤਾਂ ਓਪਣੀ ਭਾਲਦਾ, ਘੁੱਗੀ ਦੇ ਕਬੂਤਰ ਤਾਂ ਓਪਣੀ ਬੈਠ ਰਹਿੰਦੇ ਨੇ ਜੀ। ਅੱਛਾ, ਉਹ ਤਾਰਾਂ ਜੀ ਉਹ ਕਰ ਲੈਂਦੇ, ਪੱਖੇ ਵਾਲੀ ਜਾਲੀ ਹੁੰਦੀ ਹੈ। ਮਿਹਨਤ ਬਈ ਆਮ ਤੌਰ 'ਤੇ ਨਾ ਬੰਦਾ ਉਹੀ ਕੰਮ ਕਰਦਾ ਹੁੰਦਾ ਜਿਹਦੇ ਵਿੱਚ ਕਮਾਈ ਵੱਧ ਹੋਵੇ, ਹੈ ਨਾ। ਆਲਣੇ 'ਚੋਂ ਕੋਈ ਮੁਨਾਫੇ ਤੌਰ 'ਤੇ ਸੋਚਿਆ ਜਾਂ ਕੋਈ ਹੋਰ ਕਾਰਨ ਇਹਦਾ? ਵੀ ਜੀ ਕਿਤੇ ਐਂ ਤਾਂ ਸੋਚੀ ਨਹੀਂ ਗਈ ਵੀ ਨਫੇ 'ਚ ਉੱਕਰੇ, ਬਸ ਅਸੀਂ ਬਾਈ ਸੰਦੀਪ ਦੀ, ਉਹਨਾਂ ਨੇ ਸਾਨੂੰ ਦੱਸਿਆ, ਉਪਰਾਲਾ ਦਿੱਤਾ, ਉਹਨਾਂ ਦੀ ਸੋਚ ਨਾਲ ਅਸੀਂ ਚੱਲੇ ਹੋਏ ਜੀ। ਬਾਕੀ ਸਾਡਾ ਕੰਮ ਹੋਰ ਵੀ ਵੱਧ ਗਿਆ ਜੀ, ਆਲਣੇ ਦਾ ਚਲੋ ਅਸੀਂ ਕਰਦੇ ਹਾਂ, ਸਾਡਾ ਸਾਰਾ ਕੰਮ ਹੀ ਵਧੀਆ। ਬਾਕੀ ਆਲਣਾ ਅਸੀਂ ਬਹੁਤ ਸੇਲ ਕਰ ਰਹੇ ਜੀ ਹੁਣ। ਬਾਕੀ ਪਿੰਡਾਂ 'ਚੋਂ ਅਸੀਂ ਠੀਕ ਠੀਕ ਰੇਟ ਰੱਖਿਆ ਜੀ, ਕੋਈ ਬਾਹਲਾ ਰੇਟ ਨਹੀਂ ਰੱਖਿਆ ਹੋਇਆ। ਕੋਈ ਇਕੱਠਾ ਕੋਈ 500 ਵੀ ਲੈ ਕੇ ਜਾਂਦਾ, ਕੋਈ 100 ਵੀ ਲੈ ਕੇ ਜਾਂਦਾ, ਕੋਈ 10 ਕੋਈ 20, ਜਿੰਨੇ ਮਰਜ਼ੀ ਲੈ ਕੇ ਜਾਵੇ, ਇੱਕੋ ਰੇਟ ਰੱਖ ਰੱਖਿਆ ਜੀ। ਕੀ ਰੇਟ ਰੱਖਿਆ? ਰੇਟ 130 ਰੁਪਏ ਜੀ ਹਰੇਕ ਆਲਣੇ ਦਾ। ਹਾਂ, ਜਿਹੜਾ ਛੋਟਾ ਵੱਡਾ ਤੋਤੇ ਦਾ ਜੀ, ਤੋਤੇ ਦਾ 180 ਰੁਪਏ ਜੀ। ਅੱਛਾ, ਇਹ ਲੱਕੜ ਬਾਈ, ਇਹ ਲੱਕੜ ਕਿਵੇਂ, ਕਿੱਥੋਂ ਕਿਹੜੀ ਲੱਕੜ ਯੂਜ ਕਰਦੇ ਜ਼ਿਆਦਾ? ਲੱਕੜ ਜੀ ਅਸੀਂ ਡੇਕ ਦੀ ਲੱਕੜ ਹੈ ਜੀ। ਅੱਛਾ, ਹੋਰ ਵੀ ਕੋਈ ਲੱਕੜ ਯੂਜ ਕਰਦੇ ਹੈਗੇ? ਨਹੀਂ, ਹੋਰ ਲੱਕੜ ਕਿਉਂ ਯੂਜ ਕਰਦੇ ਹੈਗੇ? ਲੱਕੜ ਵੀ ਜੀ ਡੇਕ ਦੇ, ਇੱਕ ਤਾਂ ਮੇਖ ਵਧੀਆ ਲੱਗਦੀ ਹੈ ਜੀ, ਚਪਾੜ ਦੀ ਨਹੀਂ ਹੈਗੀ, ਖਰਾਬ ਨਹੀਂ ਹੁੰਦੀ। ਹੋਰ ਲੱਕੜ ਫਿਰ ਜੀ ਲੋੜ ਨਹੀਂ ਆਉਂਦੀ, ਬਾਕੀ ਮਹਿੰਗੀ ਵਾਲੀ ਪੈ ਜਾਂਦੀ ਹੋਰ ਲੱਕੜ, ਇਹ ਠੀਕ ਰਹਿੰਦੀ ਹੈ। ਦੂਜੇ ਨਾਲ ਬਾਕੀ ਆਪਣਾ ਵਿਰਾਸਤੀ ਰੁੱਖ ਆ ਗਿਆ ਜੀ। ਬਾਕੀ ਪਹਿਲਾਂ ਅਸੀਂ ਖੇਡਾਂ 'ਚ ਹੀ ਵਰਤਦੇ ਸੀਗੇ ਜੀ, ਬਾਕੀ ਇੱਧਰ ਹੁਣ ਆਲਣੇ ਵਧੀਆ ਲਾਉਣੇ ਜੀ। ਜੀ ਕਿੰਨਾ ਚਿਰ ਹੋ ਗਿਆ ਆਲਣੇ ਦੇ ਕੰਮ ਕਾਜ ਕਰਦਾ ਨੂੰ? ਲੋਕਾਂ ਦਾ ਕੀ ਹੈ ਜਿਹੜਾ ਲੱਗਦਾ ਵੀ ਹਾਂ ਲੋਕ ਯਾਰ ਆਲਣੇ ਲਾਉਂਦੇ ਨੇ, ਕਿੰਨਾ ਕੁ ਲੋਕਾਂ ਦੀ ਆਉਟਪੁੱਟ ਹੈ? ਹਾਂ ਜੀ, ਬਹੁਤ, ਜਾਣੀ ਜਿੱਦਣ ਦੇ ਆਪਾਂ ਲਾਉਣ ਲੱਗੇ ਹਾਂ ਬਾਈ ਸੰਦੀਪ ਜੀ ਦੇ ਲਾਉਣ ਲੱਗੇ ਨੇ, ਅਤੇ ਪਹਿਲਾਂ ਤਾਂ ਸਾਨੂੰ ਰਿਜ਼ਲਟ ਦਾ ਪਤਾ ਨਹੀਂ ਸੀ ਵੀ ਕਿਸ ਤਰ੍ਹਾਂ ਬਣੂਗਾ। ਹੁਣ ਜਾਣੀ ਉੱਦਾਂ ਦਾ ਬਹੁਤ ਜ਼ਿਆਦਾ, ਬਹੁਤ ਉਪਰਾਲਾ ਲੋਕਾਂ ਦਾ ਜੀ ਲਾ ਰਹੇ ਨੇ, ਸੋ ਬਹੁਤ ਦੂਰ ਦੂਰ ਲੈ ਕੇ ਗਏ ਨੇ, ਕਿਤੇ ਪੰਚਕੂਲਾ, ਕਿਤੇ 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 ਬਹੁਤ ਦੂਰ ਦੂਰ ਜਾਂਦੇ ਨੇ ਬੱਸ 'ਤੇ ਧਰਦੇ ਜੀ। ਅਤੇ ਬਾਕੀ ਰਿਜ਼ਲਟ ਵੀ ਆਉਂਦੇ ਨੇ, ਹੁਣ ਵੀਡੀਓ ਪਾ ਕੇ ਭੇਜਦੇ ਨੇ ਦੁਬਾਰੇ ਵੀ ਹਾਂ ਜੀ ਪੰਛੀ ਆ ਗਏ, ਅਤੇ ਜਲੰਧਰ ਅੰਮ੍ਰਿਤਸਰ ਭੇਜੇ, ਬਹੁਤ ਜਾਣੀ ਵਧੀਆ ਠੀਕ ਹੈ ਜੀ। ਕੀ ਚਾਹੁੰਦਾ ਬਾਈ, ਕੀ ਲੱਗਦਾ ਵੀ ਆਲਣੇ ਲੋਕਾਂ ਨੇ ਖਤਮ ਕਰਤੇ? ਠੀਕ ਹੈ, ਤੁਹਾਨੂੰ ਲੱਗਦਾ ਵੀ ਲੋਕਾਂ ਨੂੰ, ਲੋਕ ਉਸ ਦੀ ਜਿਹੜੀ ਉਮੀਦ ਨਾਲ ਤੁਸੀਂ ਕੰਮ ਕਰ ਰਹੇ ਹੋ ਵੀ ਉਸ ਤਰੀਕੇ ਦਾ ਲੋਕ ਕੰਮ ਕਰ ਰਹੇ ਨੇ ਜਾਂ ਕੰਮ ਕਰਨਾ ਚਾਹੀਦਾ ਜਾਂ ਕਿਸ ਤਰੀਕੇ ਨਾਲ? ਕੀ ਖੈਰ ਜੀ, ਆਪਾਂ ਨੂੰ ਜੀ ਸੋਚਣਾ ਚਾਹੀਦਾ ਪੰਛੀਆਂ ਵਾਸਤੇ ਜੀ। ਬਾਕੀ ਗੱਲ ਹੋਰ, ਚਲੋ ਆਪਾਂ ਕਿਸੇ ਨੂੰ ਘਰ ਨਹੀਂ ਬਣਾ ਕੇ ਦੇ ਸਕਦੇ ਨਾ ਜੀ, ਵੀ ਆਪਾਂ ਇੱਕ ਪੰਛੀਆਂ ਵਾਸਤੇ ਆਲਣਾ ਚਾਹੀਦਾ, ਇੱਕ ਲਾ ਦਿਓ ਬੱਚਿਆਂ ਦੇ ਜਨਮਦਿਨ 'ਤੇ ਲਾਓ, ਅਸੀਂ ਤਾਂ ਇਹ ਕਹਿੰਦੇ ਵੀ ਬਣਾ ਕੇ ਆਪ ਲਵਾ ਦਿਓ, ਇੱਥੋਂ ਬਣਾ ਕੇ ਲਾ ਦਿਓ, ਜਿੱਥੇ ਮਰਜ਼ੀ ਨਹੀਂ ਦੂਰ ਤੋਂ ਆ ਸਕਦਾ, ਵੀ ਅਗਲਾ ਆਪ ਵੀ, ਅਸੀਂ ਵੀਡੀਓ ਵੀ ਬਣਾ ਕੇ ਪਾਈਆਂ ਹੋਈਆਂ ਨੇ ਵੀ ਅਸੀਂ ਆਪ ਵੀ ਬਣਾ ਤਿਆਰ ਕਰ ਸਕਦੇ ਹੋ, ਸਭ ਤੋਂ ਪੁੱਛ ਵੀ ਸਕਦੇ ਹੋ, ਦੱਸਿਆ ਵੀ ਬਹੁਤ ਨੂੰ ਜੀ ਵੀ ਅਸੀਂ ਆਪ ਬਣਾ ਲਓ, ਕੋਈ ਚੱਕਰ ਨਹੀਂ, ਵੀ ਆਪਾਂ ਲਾਓ ਜੀ ਵੱਧ ਤੋਂ ਵੱਧ। ਬਾਕੀ ਜੇ ਆਪਾਂ ਲਾਈਏ ਪੰਛੀਆਂ ਵਾਸਤੇ, ਅੱਗੇ ਹੁਣ ਛੱਤਾਂ 'ਚ ਰਹਿੰਦੇ ਸੀ, ਕਣੀ ਵੱਲੇ ਛੱਤ ਹੁੰਦੀ ਸੀ, ਉੱਥੇ ਰਹਿੰਦੇ ਸੀ, ਉੱਥੇ ਅਟੈਕ ਨਹੀਂ ਹੁੰਦਾ ਸੀ ਚਿੜੀ ਨੂੰ ਜੀ, ਚਿੜੀ ਉਹਦੀ ਪੰਛੀ ਹੋਰ ਅਟੈਕ ਨਹੀਂ ਕਰ ਸਕਦਾ ਸੀਗਾ, ਅਤੇ ਹੁਣ ਉਹ ਛੱਤਾਂ ਆਪਾਂ ਇਹਨਾਂ ਦੀ ਜਗ੍ਹਾ ਖਤਮ ਕਰਤੀ ਜੀ, ਆਪਾਂ ਛੇੜਛਾੜ ਕੀਤੀ ਕੁਦਰਤ ਨਾਲ, ਵੈਸੇ ਗਲਤ ਹੈ ਜੀ। ਬਾਕੀ ਸਭ ਨਹੀਂ ਪੱਕੇ ਘਰ ਬਣ ਗਏ ਜੀ, ਹੈ ਨਾ, ਵੀ ਚਲੋ ਦਰਾ ਆਪਣਾ ਵੀ ਇਹ ਜ਼ਰੂਰੀ ਲਾਉਣੇ ਚਾਹੀਦੇ ਨੇ ਆਪਾਂ ਨੂੰ ਜੀ, ਵੱਧ ਥੱਲੇ ਇੱਕ ਆਪਾਂ ਸਪੇਸ ਦੇ ਤੀ ਚਿੜੀ ਨੇ, ਆਲਣਾ ਤਾਂ ਆਪ ਤਿਆਰ ਕਰਨਾ ਜੀ, ਆਪਾਂ ਨਹੀਂ ਹੈਗਾ ਵੀ ਉਹਨੂੰ ਆਲਣਾ ਉਹ 'ਚ ਪਾ ਕੇ ਦੇਤਾ ਜਾਂ ਉਹ 'ਚ ਪਰਾਲੀ ਰੱਖਤੀ, ਕੁਛ ਨਹੀਂ, ਆਪਾਂ ਤਾਂ ਬਸ ਇੱਕ ਉਹਨੂੰ ਇੱਕ ਜਿਵੇਂ ਪਹਿਲਾਂ ਸਰਾਖ ਹੁੰਦੇ ਸੀ ਸਰਾਖ ਦੇਤਾ ਬਸ, ਹੋਰ ਕੁਛ ਨਹੀਂ, ਆਪਾਂ ਵੀ ਅੱਗੇ ਸਰਾਖ ਹੁੰਦੇ ਘਾਹ ਫੂਸ ਰੱਖਣਾ ਚਿੜੀ ਨਾਲ, ਉਹ ਆਪੇ ਰੱਖੂ ਜੀ, ਆਪਾਂ ਕੁਛ ਨਹੀਂ ਕਰਨਾ ਉਹ 'ਚ, ਇਹ ਤਾਂ ਆਪਾਂ ਇੱਕ ਸਪੇਸ ਦੇ ਤੀ, ਉਹਨੇ ਦੇਖਣਾ ਵੀ ਹਾਂ ਇੱਥੇ ਮੈਨੂੰ ਅਟੈਕ ਕੋਈ ਪੰਛੀ ਅਟੈਕ ਨਹੀਂ ਕਰ ਸਕਦਾ, ਖਤਰਾ ਨਹੀਂ ਮੇਰੇ ਬੱਚਿਆਂ ਨੂੰ, ਬਸ ਉੱਥੇ ਉਹਨੇ ਆਲਣਾ ਤਿਆਰ ਕਰਨਾ ਜੀ। ਬਾਕੀ ਜਦੋਂ ਆਪਾਂ ਲਾਈ ਜਾਂਦੇ ਜੀ, ਪੰਛੀ ਆਉਣ ਜ਼ਰੂਰ ਲੱਗ ਜਾਂਦੇ, ਹੌਲੀ ਹੌਲੀ ਚੋਗਾ ਪਾਉਂਦੇ ਰਹੋ, ਆਉਣ ਲੱਗ ਜਾਂਦੇ ਜੀ,
ये तो आप एक स्पेस दे दी जी, बस भी पंछियों का वधारा हो जाता बई। धौले संदीप जी ला रहे ने जी, बहुत ज्यादा पंछी ने, बहुत ज्यादा। हाँ बई बंदे की ना आदत है कि बंदा हर चीज़ के फायदा देखता है, आलना क्यों लावे वो कभी सोचता है मनुख को आलने लाने की लोड़ है। बंदा सोचता भी घर जो आलना लावे यार पंछी बिठा डिगणगे यार, है ना, जे कोई कोई फल फ्रूट का बूटा लाया होंगे अगला कहता फल खराब करनगे यार। जिहड़े इहोजी मानसिकता दे इहोजी बिरती दे लोक नेगे उन्हां नूं की कहना चाहोगे भी वह आलने क्यों लाउन तुहाडे तों, क्यों जरूरत है? मेरी अलग अलग सोचनी होंदी है ना जी। हाँ बंदे की सोच होंदी है आपदी, भी सोच किसी की सोच कही जी किसी की पंछियों प्रति होंदी है। हाँ किसी की भी सोच सब नूं रखना चाहिए जी, पंछियां बिना बिना जी ये भी अपने एक जीवन है जिहड़ा जी जरूरी है, इन्हों आपां जगह देनी ठीक है जी। बाकी सोहने भी लगते हैं जो च्यू च्यू करते हैं सवेरे, भाई संदीप जी के घर जाओ तुम देखा बहुत ज्यादा जी पंछी भी अडारन डारे कट्ठे हो जाते चिड़िया दी। हाँ पल्ली ते चोगा पाउंदे भर जांदियां ने जी, भी सोहना ही बहुत लगता जी। जाके देखो इन आवाजा आउंदियां ने उन्हें घर बहुत ज्यादा, इस तरह जी भी जरूरी है जी, जो अपनी जगह हैगी खुला लाओ जी, वध वध पंछ आउंदे ने जरूर। की लगता जी ये कोई इस तरह का है भी आलने लाने लगे सानू कोई जगह का ख्याल रखने की जरूरत पैंदी है, ਜਾਂ ਸਾਨੂੰ ਇਹ ਆਲਣੇ ਖੇਤਾਂ ਵੱਲ ਜਾ ਲੈਣੇ ਚਾਹੀਦੇ ਨੇ, ਜਾਂ ਸਾਨੂੰ ਘਰਾਂ 'ਤੇ ਵੀ ਜ਼ਰੂਰਤ ਹੈ, ਜਾਂ ਕੀ ਕਾਕੀ ਜਾਂ ਖੁੱਲ੍ਹਾ ਅਸਮਾਨ ਹੀ ਹੁੰਦਾ, ਜਿਵੇਂ ਕੀ ਸੋਚਦੇ ਬਿੰਦ ਸਿੰਘ? ਇਹ ਆਪਾਂ ਨੂੰ ਘਰਾਂ 'ਚ ਹੀ, ਘਰਾਂ 'ਚ ਵੀ, ਖੇਤਾਂ 'ਚ ਵੀ, ਖੰਭਿਆਂ 'ਤੇ, ਗਲੀਆਂ 'ਚ, ਅੱਗੇ ਆਈ ਰਹਿੰਦੇ ਸੀ ਪੰਛੀ। ਬਿੰਦ ਭਾਈ ਕੀ ਕਹਿਣਾ ਚਾਹੁੰਦੇ ਹੋ ਸਾਡੇ ਇਹਨਾਂ ਲੋਕਾਂ ਨੂੰ ਕਿ ਆਲਣੇ ਕਿਉਂ ਲਾਉਣ, ਕੀ ਖਾਸ ਗੱਲ ਹੈ, ਕੀ ਹੈ ਮਨ ਦੀ ਰੀਝ? ਜਿੰਨਾ ਕਿ ਇਹ ਧਰਤੀ ਦੇ ਬੰਦੇ ਦਾ ਹੱਕ ਹੈ ਉਨਾ ਹੀ ਹੱਕ ਇਹਨਾਂ ਦਾ ਜੀਵ ਜਾਂਤੀਆਂ ਦਾ ਧਰਤੀ 'ਤੇ, ਉਨਾ ਹੀ ਹੱਕ ਇਹਨਾਂ ਦਾ ਜੀ ਜੀ। ਵੀ ਆਪਾਂ ਇਹਨਾਂ ਨੂੰ ਵੱਧ ਤੋਂ ਵੱਧ ਵੀ ਆਲਣੇ ਵੀ ਲਾਉਣੇ ਚਾਹੀਦੇ ਨੇ ਠੀਕ ਹੈ ਜੀ, ਵੀ ਹੱਕ ਬਣਦਾ ਜੀ ਇਹਨਾਂ ਦਾ ਜੀ। ਵੀ ਆਪਾਂ ਵੱਧ ਤੋਂ ਵੱਧ ਲਾਈਏ ਆਪਣੇ ਮਨ ਨੂੰ ਸਕੂਨ ਮਿਲਦਾ, ਜਦੋਂ ਪੰਛੀ ਆਲਣੇ ਜਾ ਜਾਂਦੇ ਨੇ ਉੱਧਰ ਸਕੂਨ ਵੀ ਮਿਲਦਾ ਜੀ ਕਿ ਹਾਂ ਵੀ ਯਾਰ ਆਪਾਂ ਚੰਗਾ ਕੰਮ ਕੀਤਾ ਸੀਗਾ ਵੀ ਬਹੁਤ ਵਧੀਆ, ਫਿਰ ਬੰਦਾ ਹੋਰ ਲਾਉਂਦਾ ਜੀ ਨਹੀਂ। ਹੁਣ ਬਾਈ ਸੰਦੀਪ ਜੀ ਨੇ ਜਦੋਂ ਲਾਉਣ ਲੱਗੇ ਸੀਗੇ ਪਹਿਲਾਂ ਬਹੁਤ ਵੱਡਾ ਉਪਰਾਲਾ ਕੀਤਾ, ਫਿਰ ਹੌਲੀ ਹੌਲੀ ਇਹਨਾਂ ਨੂੰ, ਹੁਣ ਇਹਨਾਂ ਦੇ ਇਹਨੂੰ ਐਂ ਹੁੰਦਾ ਵੀ ਐਤਕੀ ਇੰਨਾ ਲਾ ਦਈਏ, ਐਤਕੀ ਇੰਨਾ ਲਾ ਦਈਏ, ਇਹਨਾਂ ਦੇ ਸਾਹ ਦਾ ਨਾ ਖੰਭੇ ਹੀ ਕਹਿੰਦੇ ਰਹਿੰਦੇ ਨੇ ਵੀ ਆਹ ਖੰਭੇ 'ਤੇ ਵੀ ਲਾਉਣੇ ਨੇ, ਆਹ ਖੰਭੇ 'ਤੇ ਵੀ ਲਾਉਣੇ ਨੇ ਜੀ, ਮਨ ਦੀ ਸੋਚ ਹੀ ਉਹੋ ਜਿਹੀ ਬਣ ਜਾਂਦੀ ਹੈ ਫਿਰ ਜੀ। ਤੁਸੀਂ ਸੁਣਿਆ ਬਾਈ ਬੇਅੰਤ ਸਿੰਘ ਧਨੌਲਾ ਨੂੰ, ਪੰਜਾਬੀਓ ਹਰ ਬੰਦਾ ਚਾਹੁੰਦਾ ਕਿ ਸਾਡਾ ਘਰ ਹੋਵੇ, ਪਰ ਅਸੀਂ ਇਹਨਾਂ ਪੰਛੀਆਂ ਦੇ ਇਸ ਤਰੀਕੇ ਨਾਲ ਉਜਾੜੇ ਕਰਤੇ, ਖੇਤਾਂ ਦੇ ਵਿੱਚੋਂ ਟਿੱਬੇ ਚੱਕਣ ਦੇ ਚੱਕਰ ਦੇ ਵਿੱਚ ਅਸੀਂ ਬਹੁਤ ਕੁਝ ਗਵਾ ਲਿਆ। ਜਿਵੇਂ ਅਸੀਂ ਅੱਜ ਮਿੱਟੀ ਪਾਣੀ ਹਵਾ ਦੇ ਖਤਮ ਹੋਣ ਦਾ ਢੰਡੋਰਾ ਪਿੱਟ ਰਹੇ ਹਾਂ, ਸਾਨੂੰ ਲੋੜ ਹੈ ਇਹਨਾਂ ਪੰਛੀਆਂ ਵੱਲ ਦੇਖਣ ਦੀ, ਇਹਨਾਂ ਦੇ ਘਰਾਂ ਵੱਲ ਦੇਖਣ ਦੀ। ਬਹੁਤ ਸਸਤੇ ਰੂਪ ਦੇ ਵਿੱਚ ਅਸੀਂ ਸਕਰੀਨ ਦੇ ਉੱਤੇ ਬਾਈ ਦਾ ਨੰਬਰ ਦੇ ਰਹੇ ਹਾਂ, ਸੋ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਓ ਆਓ ਇੱਕ ਕੁਦਰਤ ਵੱਲ ਵਾਪਸੀ ਕਰੀਏ, ਗੁਰੂਆਂ ਦੇ ਦੱਸੇ ਹੋਏ ਰਸਤਿਆਂ ਦੇ ਉੱਤੇ ਕੁਦਰਤ ਨੂੰ ਮੁਹੱਬਤ ਕਰੀਏ, ਇਹਨਾਂ ਪਸ਼ੂ ਪੰਛੀਆਂ ਜਾਨਵਰਾਂ ਨਾਲ ਯਾਰੀਆਂ ਪਾਈਏ ਅਤੇ ਇਹਨਾਂ ਦੇ ਰਖਵਾਲੇ ਬਣੀਏ। ਜੋ ਅਸੀਂ ਗਲਤੀਆਂ ਕੀਤੀਆਂ ਉਹਦਾ ਹਰਜ਼ਾਨਾ ਅਸੀਂ ਭੁਗਤ ਰਹੇ ਹਾਂ, ਸੌਵਾਂ ਦੀਆਂ ਉਮਰਾਂ ਪੰਜਾਹਾਂ ਦੀਆਂ ਰਹਿ ਗਈਆਂ ਨੇ। ਇਹ ਵੀ ਇੱਕ ਵੱਡਾ ਕਾਰਨ ਹੈ ਕਿ ਅਸੀਂ ਆਪਣੇ ਵਸੇਬੇ ਲਈ ਬਹੁਤ ਕੁਝ ਉਜਾੜਿਆ ਹੈ। ਸੋ ਬਣੇ ਰਹੋ ਸਿਰਲੇਖ ਦੇ ਨਾਲ।